ਮਸ਼ਹੂਰ ਬਾਲੀਵੁੱਡ ਐਕਟਰ ਸੰਜੇ ਦੱਤ ਦੇ ਪ੍ਰਸ਼ੰਸਕਾਂ ਲਈ ਵੱਡੀ ਹੀ ਖੁਸ਼ੀ ਦੀ ਖਬਰ ਹੈ, ਜਿਸ ਖੁਸ਼ੀ ਨੂੰ ਖੁਦ ਸੰਜੇ ਦੱਤ ਵੱਲੋਂ ਸਾਂਝਾ ਕੀਤਾ ਗਿਆ। ਇਹਨਾਂ ਦਿਨੀ ਫਿਲਮੀ ਅਦਾਕਾਰ ਸੰਜੇ ਦੱਤ ਬਹੁਤ ਖੁਸ਼ ਦਿਖਾਈ ਦੇ ਰਹੇ ਨੇ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਆਪਣੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ UAE ਦੀ ਸਰਕਾਰ ਵੱਲੋਂ UAE ਦਾ ਗੋਲਡਨ ਵੀਜ਼ਾ ਦਿੱਤਾ ਗਿਆ। ਹਾਲ ਦੇ ਵਿੱਚ ਦੁਬਈ ਦੇ ਪ੍ਰਿੰਸ ਸ਼ੇਖ ਮੁਹੰਮਦ ਬਿਨ ਰਸੀਦ ਅਲ ਮਖਤੂਮ ਜੁੜਵਾ ਬੱਚਿਆਂ ਦੇ ਪਿਤਾ ਬਣੇ ਨੇ। ਇਸ ਉਪਰੰਤ ਸੰਜੇ ਦੱਤ ਵੱਲੋਂ ਟਵਿੱਟਰ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ ਸੀ, ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸ਼ੇਖ ਹਮਦਾਨ ਮੁਹੰਮਦ ਨੂੰ ਜੁੜਵਾ ਬੱਚਿਆਂ ਦਾ ਸਵਾਗਤ ਕਰਨ ਤੇ ਵਧਾਈ। ਮੈਂ ਉਹਨਾਂ ਨੂੰ ਪਿਆਰ, ਕਿਸਮਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ। ਹੁਣ ਸੰਜੇ ਦੱਤ ਵੱਲੋਂ ਇੰਸਟਾਗ੍ਰਾਮ ਦੇ ਪੋਸਟ ਵਿੱਚ ਸੰਜੇ ਦੱਤ ਨੇ UAE ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਜਾਰੀ ਕੀਤੀ ਗਈ ਤਸਵੀਰ ਵਿੱਚ ਉਹ UAE ਦੇ ਡਾਇਰੈਕਟਰ ਜਨਰਲ ਮੁਹੰਮਦ ਅਹਿਮਦ ਅਲਮਾਰੀ ਨਾਲ ਨਜ਼ਰ ਆ ਰਹੇ ਨੇ, ਜਿਨ੍ਹਾਂ ਵੱਲੋਂ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ। ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਦੇ ਹੋਏ ਸੰਜੇ ਦੱਤ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਗੋਲਡਨ ਵੀਜ਼ਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ UAE ਸਰਕਾਰ ਆਪਣੇ ਦੇਸ਼ ਵਿੱਚ ਸੈਟਲ ਕਰਨ ਅਤੇ ਉਹਨਾਂ ਦਾ ਲਾਭ ਲੈਣਾ ਚਾਹੁੰਦੀ, ਜਿਸ ਨਾਲ ਦੇਸ਼ ਨੂੰ ਲਾਭ ਹੋ ਸਕੇ। ਇਹ ਵੀਜ਼ਾ ਸੰਜੇ ਦੱਤ ਨੂੰ ਦਿੱਤਾ ਗਿਆ, ਜਿਸ ਕਾਰਨ ਉਹ ਬੇਹੱਦ ਖੁਸ਼ ਨੇ, ਕਿਉਂਕਿ ਉਹ ਇਕਲੌਤੇ ਭਾਰਤੀ ਅਭਿਨੇਤਾ ਨੇ। ਇਸ ਖੁਸ਼ੀ ਦੇ ਮੌਕੇ ਉਹਨਾਂ ਵੱਲੋਂ ਆਪਣੇ ਪਿਤਾ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਕਾਬਲੇ ਜ਼ਿਕਰ ਹੈ ਕਿ ਸੰਜੇ ਦੱਤ ਕਾਫੀ ਸਮੇਂ ਤੋਂ ਬਹੁਤ ਪਰੇਸ਼ਾਨ ਸਨ, ਅਲੱਗ ਅਲੱਗ ਕੇਸਾਂ ਦੇ ਵਿੱਚ ਉਹਨਾਂ ਦਾ ਨਾਮ ਦਰਜ ਸੀ, ਪਰ ਹੁਣ ਇੱਕ ਵੱਡੀ ਅਤੇ ਰਾਹਤ ਦੀ ਖਬਰ ਹੈ, ਜਿਸ ਨੂੰ ਕੇਸ ਸੰਜੇ ਦੱਤ ਵੱਲੋਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਗਿਆ ਤੇ ਉਸਦੇ ਫੈਨਸ ਵੱਲੋਂ ਉਹਨਾਂ ਨੂੰ ਲਗਾਤਾਰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ।